ਸਾਡਾ ਮਾਮਲਾ ਇਦਾਂ ਆ, ਅੱਜ ਇਸ ਗਰੀਬ ਨੇ ਚੱਕ ਚਕਾ ਕੇ ਕਰਜ਼ੇ ਚੱਕ ਕੇ ਬਣਾਇਆ, ਕੱਲ ਨੂੰ ਤਾਂ ਸਾਰੇ ਮਹੱਲੇ ਨੂੰ ਵੀ ਢਾ ਸਕਦੇ ਆ। ਆਪਣੀ ਹਿੰਦੁਸਤਾਨ ਦੀ ਏਕਤਾ ਨਾਲ ਗੱਲ ਬਣੂ, ਅੰਗਰੇਜ਼ ਨੂੰ ਭਜਾਇਆ ਏਕਤਾ ਨਾਲ ਹੀ ਭਜਾਇਆ। ਇੱਥੇ ਸਾਡੇ ਮਿੱਤਲ ਨੇ ਸਾਹ ਫੈਕਟਰੀ ਆ, ਉਹਨੇ ਵੋਟਾਂ ਲੈਣ ਦੇ ਮਰੇ ਨੇ ਸਵੀਲ ਲਾ ਦਿੱਤੀ, ਸਵੀਲ 'ਚ ਸਾਡੀਆਂ ਵੋਟਾਂ ਸਾਰੀਆਂ ਬੰਨ ਲਈਆਂ। ਫਿਰ ਆ ਸਾਡਾ ਮੰਦਰ ਢਾਉਣ ਆ ਗਿਆ, ਉਸ ਵੇਲੇ ਮੰਦਰ ਸਾਡਾ ਛੋਟਾ ਜਿਹਾ ਸੀ, ਉਹਨੂੰ ਕੀ ਮਿਲਿਆ ਗਰੀਬ ਨੂੰ? ਇੱਥੋਂ ਇਹੀ ਮਸ਼ੀਨ ਜਿਹੜੀ ਹੁਣ ਆਈ ਸੀ ਇਹੀ ਲੈ ਕੇ ਆ ਗਿਆ ਉਹ ਸਰਦਾਰ ਜੀ ਅਕਲ ਕਰ, ਪੰਜ ਚਾਰ ਪੁਲਿਸ ਵਾਲੇ ਲੈ ਆਇਆ, ਜਿਉਂ ਬੁੜੀਆਂ ਕੁੜੀਆਂ ਪਈਆਂ ਉਹਦੇ ਮਗਰ, ਜਿਉਂ ਕਿਸੇ ਗਰੀਬ ਦੀ ਅਸੀਂ ਦੁਰਸੀਸ ਲੱਗੀ, ਬੇੜਾ ਗਰਕ ਹੋ ਗਿਆ ਜਾਂਦਾ, ਡਭਾਈ ਪੂਰਾ ਹੋ ਗਿਆ, ਉਹ ਕਿਸੇ ਗਰੀਬ ਦੇ ਦਿਲ ਨੂੰ ਨਹੀਂ ਦਿਖਾਈ ਦਿੰਦਾ। ਗਰੀਬ ਦੀ ਹਾਂ ਬੁਰੀ ਹੁੰਦੀ ਹੈ ਬਾਬੂ ਜੀ, ਚੰਦੇਮਾਨ ਦੀ ਇਹੀ ਬਾਤ ਆ, ਜਿੱਥੇ ਗਰੀਬ ਬੈਠਾ ਬੈਠਾ ਰਹਿਣ ਦਿਓ। ਆਹ ਜਿਹੜੀ ਮਾਰਕੀਟ ਆ, ਅਸੀਂ ਬਿਲਕੁਲ ਛੋਟੇ ਛੋਟੇ ਸੀ, ਇਹ ਮਾਰਕੀਟ ਕਬਜ਼ਾ ਕਰਕੇ ਬਣੀਆਂ, ਉਹਨਾਂ ਨੂੰ ਕਿਉਂ ਨਹੀਂ ਢਾਉਂਦੇ? ਉਹਨਾਂ ਨੂੰ ਕਿਉਂ ਨਹੀਂ ਢਾਉਂਦੇ? ਹਾਂਜੀ, ਆਪਣਾ ਮੇਰਾ ਨਾਮ ਚੰਦਾ ਜੀ। ਹਾਂਜੀ ਚੰਦਾ, ਕੀ ਮਾਮਲਾ ਕੀ ਅੱਜ ਇੰਡਸਟਰੀ ਏਰੀਆ ਤੋਂ ਹੀ ਪੁਲਿਸ ਕੋਲ ਆਏ ਆ? ਹਾਂਜੀ, ਇਹ ਮੇਰਾ ਮਾਮਲਾ, ਪਹਿਲਾਂ ਨਾ ਮੀਂਹ ਪੈਂਦਾ ਸੀ, ਸਾਡਾ ਘਰ ਸੀ ਕੱਚਾ, ਚਾਦਰਾਂ ਪਾਈਆਂ ਸੀ ਅਸੀਂ, ਉਹ ਸਾਡੀ ਚਾਦਰਾਂ 'ਤੇ ਕੰਧ ਡਿੱਗ ਪਈ ਸੀ, ਕੰਧ ਡਿੱਗ ਪਈ, ਅਸੀਂ ਕਿਸੇ ਤੋਂ ਪੈਸਾ ਚੱਕੇ, ਮੈਂ ਕੋਠੀਆਂ 'ਤੇ ਕੰਮ ਕਰਦੀ ਹਾਂ, ਮੈਂ ਉਹਨਾਂ ਦਾ ਪੈਸਾ ਚੱਕ ਕੇ ਘਰ ਬਣਾਉਣ ਲੱਗੇ। ਕਮੇਟੀ ਵਾਲੇ ਆਏ, ਕਹਿੰਦੇ ਨਹੀਂ ਬਣਾਉਣਾ ਜੀ, ਇਹਦਾ ਪਹਿਲੇ ਉਹ ਲਿਓ ਨਕਸ਼ਾ। ਮੈਂ ਕਿਹਾ ਜੀ ਇੱਥੇ ਨਕਸ਼ਾ ਕਿਸੇ ਦਾ ਨਹੀਂ ਹੈਗਾ, ਤਾਂ ਸਾਡਾ ਵੀ ਨਹੀਂ ਨਕਸ਼ਾ ਹੈਗਾ। ਕਹਿੰਦੇ ਨਹੀਂ ਜੀ ਤੁਸੀਂ ਬਣਾ ਨਹੀਂ ਸਕਦੇ। ਅੱਛਾ ਰੁਕ ਗਏ ਅਸੀਂ ਭਾਈ, ਗਏ ਸਾਰੇ ਜਗ੍ਹਾ ਗਏ, ਕਮੇਟੀ ਘਰ ਆਓ, ਕਮੇਟੀ ਘਰ, ਅਸੀਂ ਕਮੇਟੀ ਘਰ 10 ਵਾਰੀ ਗਏ, ਮੈਡਮ ਨੂੰ ਜਾ ਕੇ ਮਿਲਿਆ, ਮੈਡਮ ਸਾਨੂੰ ਕਹਿੰਦੇ ਨਿਕਲੋ ਨਿਕਲੋ, ਤੁਹਾਡਾ ਬਣ ਨਹੀਂ ਸਕਦਾ, ਨਹੀਂ ਤਾਂ ਮੈਂ MC ਉਹ ਭੇਜ ਕੇ ਗੱਡੀ ਤੋੜਾ ਦੇਣੀ ਜੀ ਤੁਹਾਡਾ। ਨਹੀਂ ਅਸੀਂ ਲਿੰਟਰ ਪਾ ਲਿਆ, ਅਸੀਂ ਸੜਕਾਂ 'ਤੇ ਸੌਂਦੇ, ਗੱਡੀ ਲੰਘਦੀ ਹੈ ਸੜਕ 'ਤੇ ਸੌਂਦੇ, ਉਹਨਾਂ ਨੇ ਫਿਰ ਵੀ ਅਸੀਂ ਅੱਜ ਆ ਗਏ, ਅੱਜ ਤੁਹਾਨੂੰ ਆ ਗਏ। ਕਿੰਨੇ ਵਜੇ ਆਏ ਸਵੇਰੇ? ਅੱਜ ਸਵੇਰੇ ਆਏ ਹੋਈ 7-8 ਵਜੇ ਹੋਣੇ, 6 ਵਜੇ, ਹਾਂ 6 ਵਜੇ। ਤੇ ਇਹਨਾਂ ਕੋਲ ਕੋਈ ਪਰਮਿਸ਼ਨ ਹੈਗੀ ਸੀ ਤੁਹਾਨੂੰ ਦੀ? ਹਾਂਜੀ, ਹਾਂ ਇੱਕ ਹੈਗੀ ਸੀ ਸਾਡੇ ਕੋਲ, ਇਹਨਾਂ ਨੇ ਚਿੱਠੀ ਭੇਜੀ ਸੀ ਸਾਨੂੰ, ਇੱਕ ਤੁਹਾਨੂੰ ਭੇਜੀ ਸੀ, ਹਾਂ। ਤੇ ਤੁਸੀਂ ਜਿਹੜਾ ਬਾਦਰਾ ਵਧਾਇਆ ਹੋਇਆ ਉਹਦਾ? ਉਹਦਾ ਕੋਈ ਕਨੈਕਸ਼ਨ ਨਹੀਂ, ਉਹ ਸਾਡੇ ਹੀ ਆਪਣੇ ਹੱਕ ਤੇ, ਪਹਿਲੇ ਸੀ ਸਾਡਾ ਥੋੜਾ ਸਾ ਬੜਿਆ ਸੀ ਇੱਕ, ਇਹਨਾਂ ਨੇ ਕਿਹਾ ਇਹ ਨਹੀਂ ਕਰਨਾ ਜੀ, ਪੁਲਿਸ ਆਈ ਰਾਤੋਂ ਨੂੰ, ਅਸੀਂ ਰਾਤ ਨੂੰ ਹਟਾ ਕੇ ਤੋੜ ਦਿੱਤਾ, ਅਸੀਂ ਆਪਣੇ ਹੱਕ ਤੇ ਕਰ ਲਿਆ। ਤੁਸੀਂ ਅੱਜ ਜਿਹੜਾ ਪੁਲਿਸ ਕੋਲ ਆਏ ਆ, ਕੀ ਆਸ਼ਵਾਸਨ ਦਵਾਇਆ ਪੁਲਿਸ ਨੇ ਤੁਹਾਨੂੰ? ਪੁਲਿਸ ਨੇ ਇਹ ਲਾਇਆ, ਹੁਣ ਜਿਹੜਾ ਬਾਦਰਾ ਹੈਗਾ ਉਹ ਢਾ ਦਿਓ ਤੁਸੀਂ, ਕਹਿੰਦੇ ਜੀ। ਅਸੀਂ ਕਿਹਾ ਉਹ ਵੀ ਢਾ ਦੇਵਾਂਗੇ ਜੀ, ਉਹ ਵੀ ਢਾ ਨੂੰ ਕਿ ਉਹਨਾਂ ਨੇ ਸਾਡੀ ਕੰਧੀ ਢਾ ਦਿੱਤੀ ਆ। ਆਪਣਾ ਰਜੇਸ਼ ਕੁਮਾਰ, ਆਮ ਆਦਮੀ ਪਾਰਟੀ। ਹਾਂਜੀ ਸਰ, ਅੱਜ ਇੰਡਸਟਰੀ ਏਰੀਆ ਚੌਂਕੀ ਆਏ, ਕੀ ਮਾਮਲਾ ਕੀ ਹੈ? ਮੈਂ ਉਹ ਅੱਜ ਛੱਜ ਕਲੋਨੀ ਦੇ ਵਿੱਚ ਕਿਸੇ ਗਰੀਬ ਨੇ ਲੈਂਟਰ ਪਾ ਕੇ ਮਕਾਨ ਬਣਾਇਆ ਸੀਗਾ, ਅਤੇ ਸਾਡੀ ਜਿਹੜੀ ਸਰਕਾਰ ਹੈ ਉਹਨਾਂ ਨੇ ਬੁਲਟੋਜ਼ਰ ਸਵੇਰੇ ਮੰਗਾ ਕੇ ਉਹਦੀ ਢਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਆ ਕੇ ਰਿਕੁਐਸਟ ਕੀਤੀ ਉਹਨਾਂ ਕੋਲ ਕਿ ਵੀ ਇਹ ਗਰੀਬ ਘਰ ਦਾ ਘਰ ਹੈ, ਆਪਾਂ ਇਸ ਤਰ੍ਹਾਂ ਨਹੀਂ ਢਾ ਸਕਦੇ। ਤੋ ਉਹ ਬੜੇ ਬਰਲਾ ਕਰ ਰਹੇ ਆ, ਜਿਨ੍ਹਾਂ ਦਾ ਮਕਾਨ ਹੈਗਾ ਆ ਔਰ ਜਿਨ੍ਹਾਂ ਨੇ ਬਣਾਇਆ ਆ, ਔਰ ਇਹ ਬੜੇ ਗਰੀਬ ਆਦਮੀ ਆ ਜਿਨ੍ਹਾਂ ਨੇ ਚੱਕ ਥਲ ਕੇ ਆਪਣੀਆਂ ਦਿਹਾੜੀਆਂ ਕਰਕੇ ਮਜ਼ਦੂਰੀਆਂ ਕਰਕੇ ਇਹ ਮਕਾਨ ਬਣਾਏ ਆ। ਅਸੀਂ ਸਰਕਾਰ ਕੋਲ ਰਿਕੁਐਸਟ ਕਰਦੇ ਹਾਂ ਕਿ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਔਰ ਬਾਕੀ ਪਹਿਲੋਂ ਬਣੇ ਹੋਏ ਮਕਾਨ ਲੈਂਟਰ ਵਾਲੇ ਬਣੇ ਹੋਏ ਮਕਾਨ ਹੈਗੇ, ਇੱਥੇ ਕਿਸੇ ਨਾਲ ਵੀ ਨਹੀਂ ਧੱਕਾ ਹੋਣਾ ਚਾਹੀਦਾ। ਸਾਡੀ ਜਿਹੜੀ ਗੌਰਮੈਂਟ ਆ ਆਮ ਆਦਮੀ ਪਾਰਟੀ, ਉਹ ਗਰੀਬਾਂ ਦੇ ਹਮੀਤ ਵਿੱਚ ਹੈਗੀ ਆ, ਇਸ ਕਰਕੇ ਅਸੀਂ ਕਿਸੇ ਗਰੀਬ ਨਾਲ ਧੱਕਾ ਨਹੀਂ ਹੁੰਦੇ। ਜਿਹੜੀ ਇਹ ਇੰਡਸਟਰੀ ਏਰੀਆ ਦਾ ਨਾਮ ਵਗੈਰਾ ਕੋਈ ਹੈ? ਇਹ ਨਾਮ ਛੱਜ ਕਲੋਨੀ ਨਹੀਂ, ਇਹਨਾਂ ਦਾ ਨਾਂ ਕੀ ਹੈ ਜਿਹਨਾਂ ਦਾ? ਤੁਹਾਡਾ ਨਾਂ ਕੀ ਹੈ? ਚੰਦਾ ਜੀ। ਜਾਂ ਮਤਲਬ ਜੀ ਇਹ ਰੋਡ ਪੋਰਸ਼ਨ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਮਾਨਯੋਗ ਕਮਿਸ਼ਨਰ ਜੀ ਦੇ ਹੁਕਮ ਅਨੁਸਾਰ ਇਹ 'ਤੇ ਅੱਜ ਕਾਰਵਾਈ ਕੀਤੀ ਗਈ ਹੈ। ਅਤੇ ਅੱਜ ਉਹਨਾਂ ਦਾ ਕੋਈ ਢਾਇਆ ਵਗੈਰਾ ਵੀ ਇੱਥੇ? ਹਾਂਜੀ, ਠੀਕ ਹੈ ਜੀ। ਅਤੇ ਜਿਹੜਾ ਮਤਲਬ 90% ਤੋਂ ਜ਼ਿਆਦਾ ਫਗਵਾੜੇ ਦੇ ਅੰਦਰ ਕਬਜ਼ਾਧਾਰੀ ਬੈਠੇ ਨੇ, ਉਹਨਾਂ 'ਤੇ ਵੀ ਕੋਈ ਕਾਰਵਾਈ ਹੋਏਗੀ? ਜਾ ਕੇ ਇੱਕ ਗਰੀਬ ਪਰਸਨ 'ਤੇ ਹੀ ਹੋਈ ਹੈ ਕੁਝ ਨਜਾਇਜ਼? ਇਹ ਉਹ ਕਾਰਵਾਈ, ਅਸੀਂ ਅਜੇ ਤਾਂ ਨਵੇਂ ਆਏ ਹਾਂ, 2 ਮਹੀਨੇ ਹੋਏ ਸਾਨੂੰ ਆਇਆਂ ਨੂੰ। ਸ਼ੁਭ ਨਾਮ ਕੀ ਹੈ ਜੀ ਆਪਣਾ? ਹਰਜੀਤ ਸਿੰਘ, ਬਿਲਡਿੰਗ ਇੰਸਪੈਕਟਰ। ਬਿਲਡਿੰਗ ਇੰਸਪੈਕਟਰ। ਅਤੇ ਆਰਡਰ ਤੁਹਾਡੇ ਕੋਲ ਹੈਗੇ ਸੀ ਇਹਨਾਂ ਦੇ? ਹੈਗੇ ਸੀ ਜਿਹੜੇ, ਇਹਨਾਂ ਨੂੰ ਨੋਟਿਸ, ਡਾਕੂਮੈਂਟਸ ਵਗੈਰਾ 4-5 ਨੋਟਿਸ ਅਸੀਂ ਇਹਨਾਂ ਨੂੰ ਜਾਰੀ ਕੀਤੇ ਨਜਾਇਜ਼ ਕਬਜ਼ੇ ਸੰਬੰਧੀ। ਅਤੇ ਹੁਣ ਕੀ ਮੁੱਕਿਆ ਇਹਨਾਂ ਨਾਲ? ਇਹਨਾਂ ਦਾ ਇਹਨਾਂ ਨੂੰ ਹਾਲ ਦੀ ਘੜੀ ਇਹ ਕਿਹਾ ਵੀ ਬਾਦਰਾ ਆਪਣੇ ਪੱਧਰ 'ਤੇ ਆਪ ਗਰਾ ਲਓ। ਇਹਨਾਂ ਨੇ 11 ਵਜੇ ਦਾ ਟਾਈਮ ਲਿਆ, 11 ਵਜੇ ਤੱਕ ਇਹ ਕਹਿੰਦੇ ਅਸੀਂ ਬਾਦਰਾ ਦੂਰ ਕਰ ਲਾਂ। ਕੀ ਇਹ ਮੁਹਿੰਮ ਚੱਲਦੀ ਰਹੇਗੀ? ਬਾਕੀ ਨਜਾਇਜ਼ ਕਬਜ਼ਾਧਾਰੀ ਵੀ ਹਟਣਗੇ ਜਾ ਕੇ ਬਸ ਇੱਥੇ ਠੰਡੇ ਵਾਸਤੇ? ਜਦੋਂ ਕੋਈ ਕੰਪਲੇਂਟ ਆਈ, ਕੰਪਲੇਂਟ ਦੇ ਆਧਾਰ 'ਤੇ ਸਰਵੇ ਕਰਵਾ ਕੇ ਜੋ ਬਾਕੀ ਨਜਾਇਜ਼ ਕਬਜ਼ੇ ਆ ਉਹਨਾਂ 'ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ। ਜਿਹੜਾ ਸ਼ਹਿਰ ਦੇ ਵਿੱਚ ਫੜੀਆਂ ਲਾ ਕੇ ਬੈਠੇ ਰਹਿੰਦੇ ਆ, ਤੁਸੀਂ ਨਗਰ ਨਿਗਮ ਦੀ ਟੀਮ, ਤੈਅ ਬਿਆਰੀ ਦੇ ਹੈਗੇ ਨਗਰ ਨਿਗਮ ਦੀ ਟੀਮ ਜਾਂਦੀ ਆ, ਉਸ ਤੋਂ ਬਾਅਦ ਤੁਰੰਤ ਫਿਰ ਮਾਲ ਉੱਥੇ ਹੀ ਲਾ ਦਿੰਦੇ ਆ? ਉਹ ਤੈਅ ਬਿਆਰੀ ਦਾ ਕੰਮ ਆ, ਉੱਧਰ ਨੂੰ ਧਿਆਨ ਨਹੀਂ ਜਾਂਦਾ ਜੀ। ਅਸੀਂ ਬਿਲਡਿੰਗ ਬ੍ਰਾਂਚ ਦੇ ਆ, ਉਹ ਤੈਅ ਬਿਆਰੀ ਦਾ ਕੰਮ। ਕੀ ਨਾਮ? ਇੰਡਸਟਰੀ ਅੱਜ ਜਿਹੜੀ ਆਈ ਆ ਕੰਪਲੇਂਟ ਲੈ ਕੇ ਆਏ ਆ, ਕੀ ਮਾਮਲਾ ਕੀ ਹੈ? ਮੇਨ SI ਸਤੀਸ਼ ਸਿੰਘ, ਆਪਣੇ ਥਾਣਾ ਸਿਟੀ
फगवाड़ा तो ये जो कारपोरेशन ने इन्हों नोटिस दिते सी नजायज़ उसारी ना करो, इन्हें नजायज़ उसारी करके एक लेंटर पा लिया सी, वो लेंटर ढाने वास्ते इन्हें ऑर्डर लिया के पेश किए, जिन्हें ऑर्डर से पुलिस कार्रवाई करने ਆਰਡਰ ਮਿਲੇ ਜੀ ਉਹਦੇ ਮੁਤਾਬਕ ਅਸੀਂ ਚੱਲੀਏ, ਸਾਨੂੰ ਬਾਹਰ ਪੱਕੇ ਪਤਾ ਨਹੀਂ ਗਈ। ਅੱਛਾ ਜੀ, ਇਹ ਨਿਗਮ ਟੀਮ ਦੇ ਆਉਣ ਨਾਲ ਕਹਿੰਦੇ ਮਾਹੌਲ ਖਰਾਬ ਹੋ ਗਿਆ, ਲੋਕੀ ਬਹੁਤ ਇਕੱਠੇ ਹੋ ਗਏ। ਕੋਈ ਮਾਹੌਲ ਨਹੀਂ ਖਰਾਬ ਹੋਇਆ ਜੀ, ਬੜਾ ਸੋਹਣਾ ਆਲਰੇਡੀ ਕਿਸੇ ਨਾਲ ਇਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਆ ਜਾਂ ਕੋਈ ਲਿਖਤੀ ਦਿੱਤਾ ਇਹਨਾਂ ਨੂੰ ਆਪਣੀ ਜਿਹੜੀ ਨਜਾਇਜ਼ ਸਾਰੀ ਆ ਉਹ ਟਾਪ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।